ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾਂ ਤਰਨਜੀਤ ਕੌਰ ਕੋਮਣ ਅਸੀਂ ਆਪਣੇ ਮੁਲਕਾਂ ਨੂੰ ਛੱਡ ਕੇ ਇੱਥੇ ਪੱਛਮੀ ਮੁਲਕਾਂ ਵਿੱਚ ਆਏ ਸੀ ਇੱਕ ਵਧੀਆ ਭਵਿੱਖ ਦੀ ਤਲਾਸ਼ ਦੇ ਵਿੱਚ ਤੇ ਇੱਥੇ ਭਵਿੱਖ ਵੀ ਸਾਡੇ ਵਧੀਆ ਬਣ ਰਹੇ ਨੇ ਦਿਨ ਰਾਤ ਮਿਹਨਤ ਕਰ ਰਹੇ ਹਾਂ ਤੇ ਜੇ ਬ੍ਰਾਮਟਨ ਵਾਸੀ ਦੀ ਹੋਣ ਦੀ ਅਸੀਂ ਗੱਲ ਕਰੀਏ ਤਾਂ ਇੱਕ ਬਹੁਤ ਵੱਡਾ ਸ਼ਹਿਰ ਬਣ ਚੁੱਕਿਆ ਬ੍ਰਾਮਟਨ ਹਰ ਰੋਜ਼ ਅਸੀਂ ਇੱਥੇ ਮਿਹਨਤਾਂ ਕਰਦੇ ਹਾਂ ਤੇ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਬਹੁਤ ਜ਼ਿਆਦਾ ਅਸੀਂ ਟੈਕਸ ਵੀ ਪੇ ਕਰਦੇ ਹਾਂ ਪਰ ਜੋ ਸਹੂਲਤਾਂ ਦੀ ਗੱਲ ਆਉਂਦੀ ਹੈ ਬਾਕੀ ਸ਼ਹਿਰਾਂ ਦੇ ਮੁਕਾਬਲੇ ਇੱਕ ਦੀ ਗੱਲ ਕੀਤੀ ਜਾਵੇ ਬ੍ਰਾਮਟਨ ਸਹੂਲਤਾਂ ਤੋਂ ਕਾਫੀ ਜ਼ਿਆਦਾ ਪਛੜਿਆ ਹੋਇਆ ਹੈ ਕਦੇ ਅਸੀਂ ਇਸ ਦੇ ਬਾਰੇ ਵਿੱਚ ਸੋਚਿਆ ਕਿ ਬਾਕੀ ਸ਼ਹਿਰਾਂ ਦੇ ਮੁਕਾਬਲੇ ਸਾਨੂੰ ਉਹ ਸਹੂਲਤਾਂ ਕਿਉਂ ਨਹੀਂ ਮਿਲ ਪਾਰੀਆਂ ਜਦ ਕਿ ਅਸੀਂ ਸਭ ਤੋਂ ਜ਼ਿਆਦਾ ਟੈਕਸ ਵੀ ਪੇ ਕਰ ਰਹੇ ਹਾਂ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਬ੍ਰਾਮਟਨ ਸ਼ਹਿਰ ਹੈ ਹਰ ਰੋਜ਼ ਇੱਥੇ ਕ੍ਰਾਈਮ ਵਧ ਰਿਹਾ ਹਰ ਰੋਜ਼ ਇੱਥੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਸ ਦਾ ਜ਼ਿੰਮੇਵਾਰ ਕੌਣ ਹੈ ਕੀ ਅਸੀਂ ਆਪਣੇ ਮੁੱਦਿਆਂ ਨੂੰ ਲੈ ਕੇ ਅਬੀਅਸਲੇ ਹੈਗੇ ਹਾਂ ਕਿ ਸਾਨੂੰ ਕਿਹੜੇ-ਕਿਹੜੇ ਮੁੱਦੇ ਜਿਹੜੇ ਹੈਗੇ ਨੇ ਇਸ ਵ ਅਸੀਂ ਹਰ ਰੋਜ਼ ਘਰਾਂ ਵਿੱਚ ਬੈ ਕੇ ਤਾਂ ਗੱਲਾਂ ਬਾਤਾਂ ਕਰ ਲੈਂਦੇ ਆ ਪਰ ਜਦੋਂ ਇਹਨਾਂ ਮੁੱਦਿਆਂ ਦੀ ਗੱਲ ਆਉਂਦੀ ਆ ਜਿਹੜੇ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਨੇ ਇਹਦੇ ਬਾਰੇ ਕਦੇ ਨਹੀਂ ਸੋਚਦੇ ਅੱਜ ਅਸੀਂ ਇਹਦੇ ਬਾਰੇ ਗੱਲ ਕਰਨ ਲੱਗੇ ਆ ਕਿ ਬਰਾਮਤਨ ਦੇ ਐਕਚੁਅਲ ਦੇ ਵਿੱਚ ਅਸਲ ਦੇ ਵਿੱਚ ਮੁੱਦੇ ਕਿਹੜੇ ਨੇ ਇਹਨਾਂ ਮੁੱਦਿਆਂ ਨੂੰ ਕਿਹੜੇ ਲੈਵਲ ਦੀਆਂ ਸਰਕਾਰਾਂ ਹੱਲ ਕਰ ਸਕਦੀਆਂ ਨੇ ਤੇ ਇਹਨਾਂ ਮੁੱਦਿਆਂ ਦੇ ਹੱਲ ਲਈ ਅਸੀਂ ਕਿੰਨਾ ਤੱਕ ਅਪਰੋਚ ਕਰ ਸਕਦੇ ਹਾਂ ਸੋ ਇਹਦੇ ਬਾਰੇ ਗੱਲਬਾਤ ਕਰਨ ਲਈ ਡਿਕਸੀ ਗੁਰੂਕਾਰ ਦੇ ਵਿੱਚ ਇੱਕ ਫੰਕਸ਼ਨ ਹੋਣ ਜਾ ਰਿਹਾ ਇੱਕ ਪ੍ਰੋਗਰਾਮ ਦਾ ਆਯੋਜਨ ਹੋਣ ਜਾ ਰਿਹਾ ਵਾ ਜਿਦੇ ਵਿੱਚ ਤੁਸੀਂ ਵੀ ਹਿੱਸਾ ਲਵੋ ਤੇ ਆਪਣੇ ਘਰ ਦੇ ਮਸਲੇ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਦੇ ਮਸਲਾਂ ਦੇ ਬਾਰੇ ਵਿੱਚ ਵੀ ਗੱਲਬਾਤ ਕਰੋ ਤਾਂ ਕਿ ਬ੍ਰਾਮਤਨਿਕ ਵਧੀਆ ਸ਼ਹਿਰ ਦੇ ਵਿੱਚੋਂ ਵੀ ਉੱਭਰ ਕੇ ਸਾਹਮਣੇ ਆ ਸਕੇ ਸੋ ਜਦੋਂ ਮੁੱਦਿਆਂ ਦੀ ਗੱਲ ਆਉਂਦੀ ਹੈ ਅਸੀਂ ਅਕਸਰ ਜਦੋਂ ਕਾਰ ਰਾਂਚ ਬੈੰਨੇ ਆ ਗੱਲਬਾਤ ਕਰਦੇ ਆ ਜਾਂ ਸਟਰੀਟਸ ਤੇ ਜਾਂਦੇ ਆ ਅਸੀਂ ਅਕਸਰ ਨਾਲ ਸਾਡੇ ਹੋਈ ਹੈ ਯਾ ਕਰਾਂਚ ਜਦੋਂ ਜਾਣਿਆ ਕਿੰਨੀਆਂ ਗੱਡੀਆਂ پارک ਕੀਤੀਆਂ ਹੋਈਆਂ ਨੇ ਅਸੀਂ ਇੱਥੇ ਤੱਕ ਹੀ ਰਹਿ ਜਾਂਦੇ ਹਾਂ ਉਸ ਤੋਂ ਅੱਗੇ ਅਸੀਂ ਗੱਲ ਨਹੀਂ ਕਰਦੇ ਕੀ ਕਹਿਣਾ ਚਾਹੋਗੇ ਜੀ ਇੱਕ ਗੱਲਾਂ ਤਾਂ ਆਪਸ ਵਿੱਚ ਸਾਰੇ ਕਰਦੇ ਆ ਪਰ ਕੋਈ ਇਸ ਇਸ ਮੁੱਦੇ ਨੂੰ ਗਾਂਹ ਲੈ ਕੇ ਨਹੀਂ ਆ ਰਿਹਾ ਤੇ ਅਸੀਂ ਏਸੀ ਕਰਕੇ ਕਮਿਊਨਿਟੀ ਦੇ ਲਈ ਇੱਕ ਫੰਕਸ਼ਨ ਆਯੋਜਨ ਕਰ ਰਹੇ ਹਾਂ ਡਿਕਸੀ ਗੁਰੂਕਾਰ ਹਾਲ ਨੰਬਰ 5 ਵਿੱਚ ਐ ਸੈਚਰਡੇ 15 ਅਕਤੂਬਰ ਨੂੰ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਸਾਰੇ ਕਮਿਊਨਿਟੀ ਨੂੰ ਕਿ ਤੁਸੀਂ ਆਓ ਆ ਕੇ ਸਾਰੀ ਕਮਿਊਨਿਟੀ ਨੂੰ ਆਪਾਂ ਅਵੇਅਰ ਕਰੀਏ ਕਿ ਕੀ ਸਾਡੀ ਇਸ਼ੂਜ਼ ਆ ਅਸੀਂ ਸਾਰੇ ਜਿੰਨੇ ਵੀ ਪੋਲੀਟਿਸ਼ੀਅਨ ਖੜੇ ਆ ਅਸੀਂ ਉਹਨਾਂ ਨੂੰ ਵੀ ਕਹਿੰਨੇ ਆ ਕਿ ਆਓ ਸਾਡੀਆਂ ਸੁਣੋ ਕਿ ਸਾਡੀਆਂ ਮੰਗਾਂ ਹੈ ਕੀ ਆ ਸਾਨੂੰ ਕਿਹੜੀ ਚੀਜ਼ ਦੀ ਲੋੜ ਆ ਸਿਟੀ ਨੂੰ ਤੇ ਇਸ ਕਰਕੇ ਅਸੀਂ ਦੱਖੀ ਗੁਰੂਕਰ ਇੱਕ ਫੰਕਸ਼ਨ ਰੱਖਿਆ ਹੈ ਚੋਰਾਚੋਰੀ ਹੋਈ ਜਾਂਦੀਆਂ ਟਰੈਲਰ ਚੋਰੀ ਹੋਈ ਜਾਂਦੇ ਆ ਇੱਕ ਸਾਡਾ ਇਹ ਇਸ਼ੂ ਆ ਇੱਕ ਸਾਡਾ ਹੈਗਾ ਆ ਕਿ ਟ੍ਰੈਫਿਕ ਕਿੰਨਾ ਕੀ ਸਾਨੂੰ ਹੋਰ ਇਨਫਰਾਸਟ੍ਰਕਚਰ ਦੀ ਲੋੜ ਆ ਕਿਉਂਕਿ ਜੇ ਅਸੀਂ ਨਾ ਅੱਬਲ ਤਾਂ ਵੈਸੇ ਅਸੀਂ ਆਸ ਕਰਦੇ ਆ ਕਿ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਪਰ ਜੇ ਪਤਾ ਹੁੰਦਾ ਹੁਣ ਤੱਕ ਇੱਕ ਪਾਰਟੀ ਕਰ ਰਹੀ ਆ ਬਣਾਉਣਾ ਦੋ ਕਰ ਰਹੀ ਆ ਨਹੀਂ ਬਣਾਉਣਾ ਹਾਈਵੇਜ਼ ਤੇ ਕਿ ਉਹਨਾਂ ਨੂੰ ਥੋੜਾ ਜਿਹਾ ਹੋਰ ਪਤਾ ਲੱਗੇ ਕਮਿਊਨਿਟੀ ਇਕੱਠੀ ਹੋਵੇ ਇਕ ਜੁੱਟ ਤੇ ਕਿਉਂਕਿ ਪਾਵਰ ਜਿਹੜੀ ਹੁੰਦੀ ਆ ਇੱਕ ਇੱਕ ਜੁੱਟਤਾ ਜਿਹੜੀ ਪਾਵਰ ਆ ਕਿ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਇੰਨੀ ਕਮਿਊਨਿਟੀ ਆ ਇਹ ਇਹਨਾਂ ਦੀ ਲੋੜ ਆ ਇਸ ਕਰਕੇ ਇਹ ਫੰਕਸ਼ਨ ਹੋ ਰਿਹਾ ਕਿ ਜੋ ਮੰਗਾ ਹੋਣ ਗਿਆ ਉਹਦਾ ਮੈਮੋਰੰਡਮ ਤਿਆਰ ਕਰਕੇ ਜਿਹੜੀ ਵੀ ਨਵੀਂ ਗਵਰਨਮੈਂਟ ਬਣ ਗਈ ਜਾਂ ਨਵੇਂ ਮੇਅਰ ਜਾਂ ਉਹਨਾਂ ਦੀ ਕਾਉਂਸਲ ਬਣਦੀ ਆ ਉਹਨਾਂ ਨੂੰ ਉਹ ਮੈਮੋਰੰਡਮ ਸੌਂਪਿਆ ਜਾਏ ਇਹਦੇ ਵਿੱਚ ਅਸੀਂ ਪੈਨਲ ਬਣਾਵਾਂਗੇ ਜਿਹਦੇ ਵਿੱਚ ਲੋਅਰਸ ਹੋਣਗੇ ਤੇ ਪਲੱਸ ਅਸੀਂ ਪਾਲਿਸੀ ਡਰਾਫਟਰਸ ਦੀ ਹੈਲਪ ਲਵਾਂਗੇ ਤੇ ਇਹ ਜਿਹੜੇ ਇਹਨੂੰ ਪੂਰੀ ਕੰਪਲੀਟ ਤਰੀਕੇ ਨਾਲ ਦੀ ਫੀਡਬੈਕ ਲੈ ਕੇ ਜਿਵੇਂ ਇਹਨੂੰ ਅਸੀਂ ਲੀਗਲ ਤਰੀਕੇ ਦੇ ਨਾਲ ਉਹ ਇਹਨੂੰ ਰੇਜ਼ ਕਰਾਂਗੇ ਇਸ਼ੂ ਥਰੂ ਦਾ ਲਾਇਰਸ ਅਸੀਂ ਇਹਨੂੰ ਪ੍ਰੋਪਰ ਪੈਨਲ ਬਣਾਵਾਂਗੇ ਨਹੀਂ ਜੀ ਇਹ ਇਹ ਇਕੱਲਾ ਇੰਡੀਅਨ ਕਮਿਊਨਿਟੀ ਲਈ ਨਹੀਂ ਇਹ ਜਸਟ ਅਸੀਂ ਚਲੋ ਹੁਣ ਤਾਂ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਹੋਕਾ ਦੇ ਰਹੇ ਆ ਕਿ ਆਓ ਪਰ ਇਵੈਂਚੁਅਲੀ ਇਹ ਹਰ ਕਮਿਊਨਿਟੀ ਦਾ ਹੋਇਆ ਕਰੇਗਾ ਇਹਨਾਂ ਨੂੰ ਇਹਨੂੰ ਇਹਨੂੰ মিডিਏ ਨੇ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਤੇ ਕੈਂਡੀਡੇਟਸ ਨੇ ਇੱਕ ਦੂਜੇ ਦੇ ਬਲੇਮ ਬਾਜ਼ੀ ਵਿੱਚ ਸਾਨੂੰ ਐਲੀਗੇਸ਼ਨਸ ਨਹੀਂ ਚਾਹੀਦੇ ਸਾਨੂੰ ਐਕਸ਼ਨ ਪਲਾਨ ਚਾਹੀਦਾ ਤੇ ਉਹਦਾ ਸੋਲੂਸ਼ਨ ਚਾਹੀਦਾ ਉਹਦਾ ਡੈਡ ਲਾਈਨ ਚਾਹੀਦੀ ਹੈ ਏ ਅਸੀਂ ਕੋਈ ਇੱਥੇ ਕੋਈ ਜਿਵੇਂ ਕੋਈ ਇਹੋ ਜਿਹਾ ਰੌਲਾ ਰੱਪਾ ਪਾ ਕੇ ਜਾਂ ਕੋਈ ਪ੍ਰੋਟੈਸਟ ਨਹੀਂ ਕਰ ਵੀ ਇਹਨੂੰ ਟੇਬਲ ਟਾਕ ਦੇ ਨਾਲ ਰਿਸੋਲਵ ਕੀਤਾ ਜਾਊਗਾ ਪ੍ਰੋਪਰ ਪੈਨਲ ਬਣਾ ਦੇ ਇਹ ਜਿਹੜੀ ਹੁਣ ਜਿਹੜੀ ਆ ਇਹ ਹੋ ਚੁੱਕਾ ਜਿਹੜਾ ਹੋਣਾ ਸੀ ਕੰਮ ਇਹਨੂੰ ਅੱਗੇ ਨਹੀਂ ਬਧਨ ਦਿੱਤਾ ਜਾਊਗਾ ਸਮਾਗਮ ਜਿਹੜਾ ਆ ਡਿਕਸੀ ਗੁਰੂਕਾਰ ਐ ਸੈਟਰਡੇ 15 ਅਕਤੂਬਰ ਨੂੰ ਹਾਲ ਨੰਬਰ 5 ਵਿੱਚ ਹੋ ਰਿਹਾ ਆ ਅਸੀਂ ਇਹ ਬੇਨਤੀ ਕਰਦੇ ਆ ਰਿਕਵੈਸਟ ਕਰਦੇ ਆ ਸਾਰੀ ਕਮਿਊਨਿਟੀ ਨੂੰ ਕਿ ਇਕੱਠੇ ਹੋਵੋ ਇਕੱਠੇ ਹੋਣ ਤੋਂ ਬਿਨਾ ਇਹ ਮਸਲੇ ਹੱਲ ਨਹੀਂ ਹੋ ਸਕਦੇ 2 4 ਬੰਦੇ 10 ਬੰਦੇ ਇਹ ਮਸਲੇ ਹੱਲ ਨਹੀਂ ਕਰ ਸਕਦੇ ਜਿੰਨਾ ਚਿਰ ਤੁਸੀਂ ਗਵਰਨਮੈਂਟ ਤੇ ਪ੍ਰੈਸ਼ਰ ਨਹੀਂ ਪ੍ਰਿਟੀ ਘੱਟ ਬੰਦਿਆਂ ਤੇ ਪ੍ਰੈਸ਼ਰ ਤਾਂ ਹੀ ਪੈਂਦਾ ਜਦੋਂ ਕਮਿਊਨਿਟੀ ਦਾ ਇਕੱਠ ਦੇਖਦੇ ਆ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪਲੀਜ਼ ਸਾਨੂੰ ਸਿਰਫ ਤੁਹਾਡੇ 2 ਘੰਟੇ ਚਾਹੀਦੇ ਆ ਇਹ ਸੋਚੋ ਕਿ ਜੇ ਤੁਹਾਡੇ ਉਹ 2 ਘੰਟੇ ਹਰ ਤਿੰਨਾਂ ਮਹੀਨਿਆਂਵਾਂ ਤੋਂ 2 ਘੰਟੇ ਤੁਹਾਡੀ ਜ਼ਿੰਦਗੀ ਦਾ ਬਲਦਬ ਲੈ ਆ ਸਕਦੇ ਆ ਸਾਡੀ ਜ਼ਿੰਦਗੀ ਦਾ ਬਲਦਬ ਲੈ ਆ ਸਕਦੇ ਆ ਤਾਂ ਪਲੀਜ਼ ਸਾਡੀ ਬੇਨਤੀ ਆ ਕਿ ਜ਼ਰੂਰ ਪਹੁੰਚਿਓ 2 ਤੋਂ 4 ਡਿਕਸੀ ਗੁਰੂਕਾਰ ਸੋ ਮਿਲਦੇ ਆ ਜੀ ਫਿਰ ਡਿਕਸੀ ਗੁਰੂਕਾਰ ਦੇ ਵਿੱਚ ਤੇ ਚੁੱਕਦੇ ਆ ਉਹ ਬ੍ਰਾਹਮਣ ਦੇ ਮਸਲੇ ਫਿਲਹਾਲ ਦੇ ਉਹ ਇਜਾਜ਼ਤ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ